ਸਾਰਿਆਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਮੇਰਾ ਮਿੱਤਰ ਆਸ਼ੀਸ਼, ਅਸੀਂ ਪਟਿਆਲੇ ਇਕੱਠੇ ਪੜ੍ਹਦੇ ਸੀਗੇ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਭਰਾ ਨੇ ਮਾਰਬਲ ਦਾ ਕੰਮ ਕਰਿਆ, ਹਾਈ ਸਟੈਂਡਰਡ ਦਾ ਕੰਮ। ਪਹਿਲਾਂ ਤਾਂ ਡੈਡੀ ਵੀ ਕੰਮ ਕਰਦੇ ਸੀ ਇਹੀ, ਹੁਣ ਇਹਨੇ ਕੰਮ ਸਾਂਭਿਆ। ਕਿਉਂਕਿ ਮੇਰਾ ਮਿੱਤਰ ਆਏ ਨਹੀਂ ਹੈਗਾ ਕਿ ਮੈਂ ਮਸ਼ਹੂਰੀ ਕਰ ਰਿਹਾ ਮੇਰੇ ਭਰਾ ਦੀ, ਕਿਉਂਕਿ ਆਪਦੇ ਯਾਰਾਂ ਦੋਸਤਾਂ ਲਈ ਆਪਾਂ ਖੜ੍ਹਦੇ ਹਾਂ। ਮਾਰਬਲ ਇੱਥੇ ਹਾਈ ਸਟੈਂਡਰਡ ਦਾ ਪੂਰਾ ਮਾਰਬਲ ਆ ਮੇਰੇ ਭਰਾ ਕੋਲ, ਕਿਸੇ ਵੀ ਕੋਠਿਆਂ ਦਾ। ਕਿਉਂਕਿ ਅਸੀਂ ਦੱਸੀਏ ਆਪਣੇ ਕੋਲ ਕਿੰਨਾ ਕਿਸ ਕਿਸ ਤਰ੍ਹਾਂ ਦਾ ਆਪਣੇ ਕੋਲ ਪ੍ਰੋਜੈਕਟ ਆ, ਵੀ ਆਪਣਾ ਜਿਹੜਾ ਲੈਵਲ ਆ ਉਹ ਕਿਸ ਤਰ੍ਹਾਂ ਦਾ, ਕੀ ਕੀ ਕੁਛ ਆ, ਵੀ ਡਿਫਰੈਂਟ ਕੀ ਕੀ ਚੀਜ਼ ਆ ਆਪਣੇ ਕੋਲ? ਬਈ ਸਾਰੇ ਤਰ੍ਹਾਂ ਦਾ ਗ੍ਰੇਨਾਈਟ ਹੈ, ਸਾਊਥ, ਨੌਰਥ, ਬੈਂਗਲੌਰ, ਖਮਮ, ਬਾਕੀ ਟਾਈਲ, ਕਜਾਰੀਆ, ਸਭ ਤੋਂ ਸਿਰ ਦਾ ਬ੍ਰਾਂਡ ਹੈ। ਕੈਮੀਕਲ, ਅਡੈਸਿਵ, ਐਪੋਕਸੀ, ਸਾਰੇ ਮਤਲਬ ਬ੍ਰਾਂਡਡ ਹੀ ਵਰਤਦੇ ਹਾਂ ਆਪਾਂ, ਦੇਸੀ ਇੱਕ ਵੀ ਚੀਜ਼ ਨਹੀਂ ਹੈਗੀ ਕਿਤੇ ਵੀ ਪੰਜਾਬ ਦੇ ਵਿੱਚ। ਕਿਸੇ ਕਿਤੇ ਵੀ ਮੰਨ ਕੇ ਚੱਲ, ਕਿਸੇ ਵੀ ਪੰਜਾਬ ਦੇ ਵਿੱਚ ਅਸੀਂ ਕਿਸੇ ਨੂੰ ਆਪਣੇ ਘਰ ਦਾ ਕੋਠੇ ਦਾ ਕੰਮ ਚੱਲਦਾ, ਕਿਤੇ ਵੀ ਮਾਰਬਲ ਦੀ ਲੋੜ ਹੋਵੇ ਪੂਰੇ ਪੰਜਾਬ ਦੇ ਵਿੱਚ ਪਹੁੰਚਾਇਆ ਜਾਊਗਾ। ਤੁਸੀਂ ਮਾਰਬਲ ਇੱਥੋਂ ਪਸੰਦ ਕਰ ਜਾਓ, ਵੀ ਜਿਹੜਾ ਤੁਹਾਨੂੰ ਮਾਰਬਲ ਪਸੰਦ ਹੈ ਉਹ ਇੱਥੋਂ ਪਹੁੰਚਾਇਆ ਜਾਊਗਾ। ਸਾਰੇ ਸਾਧਨ ਨੇ ਇਹਨਾਂ ਕੋਲ, ਵੱਡਾ ਸਟੋਰ ਆ ਬਾਈ ਦਾ, ਇੱਧਰ ਬਣ ਰਿਹਾ। ਮੈਂ ਕਹਿੰਦਾ ਇੱਕ ਕਿਹੜਾ ਬਣਨਾ, ਕਜਾਰੀਆ ਦਾ? ਕਜਾਰੀਆ ਮਹਾਰਦੇਵ ਮਾਰਬਲ ਇੰਡਸਟਰੀ ਨਹੀਂ, ਉਹ ਕੀ ਕਹਿੰਦਾ ਸਟੋਰ, ਪਤਾ ਨਹੀਂ ਕਿਹੜਾ ਬਣਿਆ, ਪਤਾ ਨਹੀਂ। ਪ੍ਰਾਈਮਾ ਪਲੱਸ ਆਪਣਾ ਦਿਖਾ ਦੇ, ਬਾਹਰ ਦਿਖਾ ਦੇ, ਇੱਧਰ ਮੜਾ ਹੀ ਕਹੀਂ ਘੁਮਾਈ ਕੈਮਰਾ, ਇੱਧਰ ਲੱਗੇ ਕੈਮਰਾ। ਰੇਟ ਕਿੰਨਾ ਲੱਗੂ ਸਰ? ਰੇਟ ਸਰ ਤੁਹਾਡੇ ਵਾਸਤੇ ਵੱਡੀ ਛੋਟ, ਤੁਹਾਨੂੰ ਰੇਟ ਲੱਗੇਗਾ ਇੰਨਾ, ਆ ਜਾਓ ਚੁੱਪ ਕਰ ਗਿਆ। ਇੱਧਰ ਸਾਰਾ ਮਾਰਬਲ ਪਿਆ, ਗ੍ਰੇਨਾਈਟ ਪਿਆ, ਇਹ ਇੱਧਰ ਵੱਡਾ ਸਟੋਰ ਬਣ ਰਿਹਾ। ਮੈਂ ਕਹਿੰਦਾ ਦੋ ਤਿੰਨ ਕਿੱਲਾ ਜੇ ਬਣ ਰਿਹਾ, ਬਾਕੀ ਪਿੱਛੇ ਦੂਸਰਾ ਪਿਆ, ਦੂਸਰੇ ਪਿੱਛੇ ਕਿਹੜਾ ਉਹ ਕਜਾਰੀਆ ਬਾਈ, ਇੱਧਰ ਸਾਰੀ ਟਾਈਲ, ਆਹ ਟਾਈਲ ਦਾ ਸ਼ੋਰੂਮ ਆ, ਇੱਧਰ ਵੱਡਾ ਸ਼ੋਰੂਮ ਬਣ ਰਿਹਾ। ਖੁਸ਼ੀ ਦੀ ਗੱਲ ਆ ਕਿ ਸਾਡਾ ਭਰਾ ਤਰੱਕੀ ਕਰ ਰਿਹਾ, ਬਹੁਤ ਵਧੀਆ ਗੱਲ ਆ। ਹੁਣ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਤੁਸੀਂ ਕਿਤੇ, ਚਲੋ ਹੋਰ ਵੀ ਆਪਣਾ ਹਰ ਇੱਕ ਦੀ ਦੁਕਾਨਦਾਰੀ ਆ, ਇੱਕ ਮਿੰਟ, ਹਰ ਇੱਕ ਦੀ ਦੁਕਾਨਦਾਰੀ ਆ, ਉਹ ਵੱਖਰੀ ਗੱਲ ਆ, ਹਰ ਇੱਕ ਜਿੱਥੇ ਵੀ ਤੁਸੀਂ ਜਾਣਾ ਹਨਾ। ਪਰ ਇੱਕ ਗੱਲ ਆ ਵੀ ਆ ਜਾਓ ਆਪਣੇ ਨਾਂ ਤੇ, ਆ ਜਾਓ ਬਾਈ ਕੋਲੇ, ਤੁਹਾਨੂੰ ਇਹ ਨਹੀਂ ਹੈਗਾ ਵੀ ਕੁਛ ਨਾ ਕੁਛ ਡਿਸਕਾਊਂਟ ਕਰਕੇ ਲਾਉਂ ਬਾਈ, ਜਿਹੜਾ ਬਾਈ ਭਾਂਡੇ ਦਾ ਨਾਮ ਲਊਗਾ। ਨਹੀਂ ਚੱਲ ਕੋਈ ਗੱਲ ਨਹੀਂ। We'll be right back.